ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜਿਹੜਾ ਸਾਡੇ ਯੂਟਿਊਬ ਚੈਨਲ ਬਾਠ ਅਡਿਟ 'ਤੇ। ਅੱਜ ਅਸੀਂ ਗੱਲਬਾਤ ਕਰਾਂਗੇ ਉੱਪਰ ਜਿਹੜਾ ਉਹਦੇ ਪੋਸਟਰ ਦੇਖ ਰਹੇ ਜੇ, ਇੱਦਾਂ ਦਾ ਪੋਸਟਰ ਕਿਵੇਂ ਤਿਆਰ ਕਰਨਾ। ਉਹ ਪਿਕਸਆਰਟ ਐਪਲੀਕੇਸ਼ਨ ਦੇ ਨਾਲ ਸਭ ਤੋਂ ਪਹਿਲਾਂ ਹੋਣਾ ਪਿਕਸਆਰਟ ਐਪਲੀਕੇਸ਼ਨ ਓਪਨ ਕਰਨੀ ਹੈ। ਉਸ ਤੋਂ ਬਾਅਦ ਪਲੱਸ ਦਾ ਆਈਕੋਨ ਆ ਰਿਹਾ, ਇਸ 'ਤੇ ਆਪਾਂ ਕਰਾਂਗੇ। ਇਸ 'ਤੇ ਕਰਨ ਤੋਂ ਬਾਅਦ ਲਾਸਟ 'ਤੇ ਚਲੇ ਜਾਵਾਂਗੇ, ਕੋਈ ਵੀ ਕਲਰ ਦਾ ਬੈਕਗਰਾਉਂਡ ਲੈ ਲਾਂਗੇ, ਠੀਕ ਹੈ ਜੀ। ਬੈਕਗਰਾਉਂਡ ਲੈਣ ਤੋਂ ਬਾਅਦ ਇੱਧਰ ਜਿਹੜਾ ਟੂਲ ਆ ਰਿਹਾ, ਟੂਲ 'ਤੇ ਟੂਲਸ 'ਤੇ ਕਰਾਂਗੇ। ਉਸ ਤੋਂ ਬਾਅਦ ਇੱਧਰ ਕਰੋਪ ਆ ਰਿਹਾ, ਕਰੋਪ 'ਤੇ ਕਰ ਲਾਂਗੇ। ਕਰੋਪ 'ਤੇ ਕਰਨ ਤੋਂ ਬਾਅਦ ਇੱਧਰ 3-4 ਵਾਲਾ ਜਿਹੜਾ ਸਾਈਜ਼ ਹੈ ਆਪਾਂ ਲੈ ਲਾਂਗੇ। ਉਸ ਤੋਂ ਬਾਅਦ ਟਿੱਕ 'ਤੇ ਕਰ ਦਾਂਗੇ, ਠੀਕ ਹੈ। ਟਿੱਕ 'ਤੇ ਕਰਨ ਤੋਂ ਬਾਅਦ ਕਰਾਂਗੇ, ਇੱਧਰ ਅੱਗੇ ਚਲੇ ਜਾਵਾਂਗੇ। ਅੱਗੇ ਜਾਣ ਤੋਂ ਬਾਅਦ ਇੱਥੇ ਐਡ ਫੋਟੋ ਆ ਰਿਹਾ, ਆਪਾਂ ਐਡ ਫੋਟੋ 'ਤੇ ਕਰਾਂਗੇ, ਠੀਕ ਹੈ ਜੀ। ਐਡ ਫੋਟੋ 'ਤੇ ਕਰਨ ਤੋਂ ਬਾਅਦ ਆਪਣੀ ਫੋਟੋ ਲੈਣੀ, ਤੁਸੀਂ ਜਿਹੜੀ ਬੈਕਗਰਾਉਂਡ 'ਤੇ ਲਗਾਉਣੀ ਹੈ, ਠੀਕ ਹੈ ਜੀ। ਇਸ ਨੂੰ ਆਪਾਂ ਇੱਦਾਂ ਪੂਰੀ ਸਕਰੀਨ ਦੇ ਉੱਪਰ ਪਾ ਦਾਂਗੇ। ਇਹ ਪਾਉਣ ਤੋਂ ਬਾਅਦ ਤੁਸੀਂ ਇੱਧਰ ਅੱਗੇ ਚਲੇ ਜਾਣਾ, ਅੱਗੇ ਜਾਣ ਤੋਂ ਬਾਅਦ ਐਫਐਕਸ ਇਫੈਕਟ ਆ ਰਿਹਾ, ਇਸ 'ਤੇ ਆਪਾਂ ਕਰਾਂਗੇ। ਇਸ 'ਤੇ ਕਰਨ ਤੋਂ ਬਾਅਦ ਫਿਰ ਇਸ ਨੂੰ ਸਵਾਈਪ ਕਰਨਾ ਤੁਸੀਂ। ਉਸ ਤੋਂ ਬਾਅਦ ਕਲਰਸ ਆ ਰਿਹਾ, ਕਲਰਸ 'ਤੇ ਕਰਾਂਗੇ। ਉਸ ਤੋਂ ਬਾਅਦ ਕਲਰਸ ਇੱਧਰ ਜਿਹੜਾ ਆ ਰਿਹਾ, ਇਸ 'ਤੇ ਆਪਾਂ ਕਰ ਦਾਂਗੇ। ਇਸ 'ਤੇ ਕਰਨ ਤੋਂ ਬਾਅਦ ਇੱਥੇ ਆਪਾਂ ਇਸ 'ਤੇ ਕਲਿੱਕ ਕਰਾਂਗੇ। ਉਸ ਤੋਂ ਬਾਅਦ ਇੱਥੇ ਥੱਲੇ ਜਿਹੜਾ HUE ਆ ਰਿਹਾ, ਇਸ 'ਤੇ ਆਪਾਂ ਕਰਕੇ ਆਪਣਾ ਰੈੱਡ ਕਲਰ ਪਾ ਦਾਂਗੇ। ਉਸ ਤੋਂ ਬਾਅਦ ਆਪਾਂ ਟਿੱਕ 'ਤੇ ਕਰ ਦਾਂਗੇ, ਠੀਕ ਹੈ। ਟਿੱਕ 'ਤੇ ਕਰਨ ਤੋਂ ਬਾਅਦ ਆਪਾਂ ਇੱਧਰ ਫਿਰ ਥੱਲੇ ਅੱਗੇ ਚਲੇ ਜਾਵਾਂਗੇ, ਐਡਜਸਟਮੈਂਟ ਆ ਰਿਹਾ, ਇਸ 'ਤੇ ਕਰਾਂਗੇ। ਬ੍ਰਾਈਟਨੈਸ ਇਸ ਦੀ ਘਟਾ ਦਾਂਗੇ, ਠੀਕ ਹੈ। ਇੱਦਾਂ ਨੋਰਮਲ ਜੀ ਬ੍ਰਾਈਟਨੈਸ ਰੱਖਾਂਗੇ ਕਿ ਜਿਹੜੇ ਤੁਹਾਡੇ ਟੈਕਸ ਵਧੀਆ ਤਰੀਕੇ ਨਾਲ ਦਿਖਣ। ਉਸ ਤੋਂ ਬਾਅਦ ਫਿਰ ਆਪਾਂ ਟਿੱਕ 'ਤੇ ਕਰ ਦਾਂਗੇ, ਠੀਕ ਹੈ। ਟਿੱਕ ਕਰਨ ਤੋਂ ਬਾਅਦ ਇੰਨੀ ਤੁਹਾਡੀ ਫੋਟੋ ਤਿਆਰ ਆ ਗਈ। ਉਸ ਤੋਂ ਬਾਅਦ ਆਪਾਂ ਇੱਧਰ ਟੈਕਸਟ ਆ ਰਿਹਾ, ਆਪਾਂ ਟੈਕਸਟ 'ਤੇ ਕਰਾਂਗੇ। ਟੈਕਸਟ 'ਤੇ ਕਰਨ ਤੋਂ ਬਾਅਦ ਆਪਾਂ ਇੱਥੇ ਲਿਖ ਲਾਂਗੇ ਪਹਿਲਾਂ ਮੋਹਾਲੀ, ਠੀਕ ਹੈ। ਇੱਦਾਂ ਸਪੇਸ ਛੱਡ ਕੇ ਲਿਖਾਂਗੇ ਆਪਾਂ, 3 ਸਪੇਸ ਪਾ ਕੇ ਫਿਰ ਉਹ ਪਾਵਾਂਗੇ, ਫਿਰ ਅੱਗੇ ਇੱਦਾਂ ਕਰਕੇ ਅੱਖਰ ਪਾਵਾਂਗੇ, ਠੀਕ ਹੈ ਜੀ। ਮੋਹਾਲੀ ਲਿਖਣ ਤੋਂ ਬਾਅਦ ਆਪਾਂ ਟਿੱਕ 'ਤੇ ਕਰਾਂਗੇ। ਟਿੱਕ 'ਤੇ ਕਰਨ ਤੋਂ ਬਾਅਦ ਇੱਦਾਂ ਮੋਹਾਲੀ ਨੂੰ ਵੱਡਾ ਕਰਕੇ ਇੱਥੇ ਸੈੱਟ ਕਰ ਦਾਂਗੇ, ਠੀਕ ਹੈ ਜੀ। ਇਹ ਕਰਤਾ। ਇਸ ਤੋਂ ਬਾਅਦ ਆਪਾਂ ਕਲਰ ਇਸ ਦਾ ਯੈਲੋ ਕਰਾਂਗੇ, ਠੀਕ ਹੈ। ਯੈਲੋ ਕਲਰ ਕਰਤਾ। ਉਸ ਤੋਂ ਬਾਅਦ ਆਪਾਂ ਕਰਾਂਗੇ ਇਸ ਦਾ ਕਰ ਦਾਂਗੇ ਡੁਪਲੀਕੇਟ, ਠੀਕ ਹੈ। ਡੁਪਲੀਕੇਟ ਕਰਨ ਤੋਂ ਬਾਅਦ ਇਸ ਦਾ ਕਲਰ ਆਪਾਂ ਬਲੈਕ ਕਰ ਦਾਂਗੇ। ਸਟਰੋਕ ਪਾ ਦਾਂਗੇ, ਸਟਰੋਕ ਆਪਾਂ ਯੈਲੋ ਕਲਰ ਦੀ ਪਾਵਾਂਗੇ, ਸੇਮ ਟੂ ਸੇਮ ਜਿੱਦਾਂ ਪਹਿਲਾਂ ਪਾਈ ਹੈ, ਠੀਕ ਹੈ। ਆਪਣਾ ਸਾਈਜ਼ ਸਟਰੋਕ ਦਾ ਰੱਖ ਲੈਣਾ ਜਿੰਨਾ ਕੁ ਤੁਸੀਂ ਰੱਖਣਾ ਚਾਹੁੰਦੇ ਜੀ। ਉਸ ਤੋਂ ਬਾਅਦ ਆਹ ਮੋਹਾਲੀ ਵਾਲੇ ਟੈਕਸਟ ਹੈ, ਇਸ ਨੂੰ ਆਪਾਂ ਇੱਧਰ ਉੱਪਰਲੀ ਸਾਈਡ 'ਤੇ ਰੱਖਾਂਗੇ। ਉਸ ਤੋਂ ਬਾਅਦ ਇਸ ਥੱਲੇ ਵਾਲੇ ਟੈਕਸਟਾਂ ਨੂੰ ਫਿਰ ਡੁਪਲੀਕੇਟ ਕਰਾਂਗੇ। ਇੱਥੇ ਆਪਾਂ 71 ਪਾ ਦਾਂਗੇ, 71 ਪਾਵਾਂਗੇ, ਠੀਕ ਹੈ। ਉਸ ਤੋਂ ਬਾਅਦ ਇਸ ਨੂੰ ਵੱਡਾ ਕਰਕੇ ਆਪਾਂ ਇੱਥੇ ਸੈੱਟ ਕਰਾਂਗੇ, ਠੀਕ ਹੈ। ਇੱਦਾਂ ਸੈੱਟ ਕਰਨ ਤੋਂ ਬਾਅਦ ਫਿਰ ਇਸ ਨੂੰ ਆਪਾਂ ਡੁਪਲੀਕੇਟ ਕਰਾਂਗੇ। ਡੁਪਲੀਕੇਟ ਕਰਨ ਤੋਂ ਬਾਅਦ ਇਹਦਾ ਕਲਰ ਬਲੈਕ ਕਰਾਂਗੇ। ਬਲੈਕ ਕਰਨ ਤੋਂ ਬਾਅਦ ਸਟਰੋਕ ਪਾਵਾਂਗੇ, ਸਟਰੋਕ ਉਸੇ ਕਲਰ ਦੀ ਯੈਲੋ ਦੀ ਪਾਵਾਂਗੇ ਆਪਾਂ। ਉਸ ਤੋਂ ਬਾਅਦ ਇਸ ਦਾ ਸਾਈਜ਼ ਆਪਾਂ ਘਟਾ ਵਧਾ ਲਵਾਂਗੇ, ਠੀਕ ਹੈ, ਜਿਵੇਂ ਆਪਾਂ ਇੱਥੇ ਸੈੱਟ ਕਰਾਂਗੇ। ਉਸ ਤੋਂ ਬਾਅਦ ਇਸ ਟੈਕਸਟ ਨੂੰ ਆਪਾਂ ਇੱਧਰਲੀ ਸਾਈਡ 'ਤੇ ਉੱਪਰ ਰੱਖਾਂਗੇ, ਠੀਕ ਹੈ। ਥੱਲੇ ਨਹੀਂ ਰੱਖਣੇ, ਉੱਪਰਲੀ ਸਾਈਡ 'ਤੇ ਇਹਨਾਂ ਦੋਵਾਂ ਰੱਖਣਾ, ਇਹਨਾਂ ਨੂੰ ਬਾਅਦ ਵਿੱਚ ਆਪਾਂ ਉੱਪਰ ਲਗਾਵਾਂਗੇ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਟਿੱਕ ਨਹੀਂ ਕਰਨੀ, ਠੀਕ ਹੈ ਜੀ। ਲੇਅਰਾਂ ਆਪਾਂ ਇੱਦਾਂ ਹੀ ਰਹਿਣ ਦਾਂਗੇ, ਟਿੱਕ ਜਿੰਨਾ ਜੇ ਤੁਸੀਂ ਟਿੱਕ ਕਰਤਾ ਇੱਥੇ ਤੋਂ ਸੈੱਟ ਹੋ ਜਾਣਗੇ, ਆਪਾਂ ਟਿੱਕ ਨਹੀਂ ਕਰਨੀ। ਉਸ ਤੋਂ ਬਾਅਦ ਫਿਰ ਐਡ ਫੋਟੋ ਆ ਰਿਹਾ, ਇਸ 'ਤੇ ਕਰਾਂਗੇ। ਐਡ ਫੋਟੋ 'ਤੇ ਕਰਨ ਤੋਂ ਬਾਅਦ ਆਪਣੀ ਜਿਹੜੀ PNG ਹੋਈ ਆਪਣੀ ਫੋਟੋ ਦੀ, ਇਹ ਤੁਸੀਂ ਲੈ ਲੈਣੀ। ਇਹ ਲੈਣ ਤੋਂ ਬਾਅਦ ਆਪਾਂ ਇਸ ਨੂੰ ਇੱਦਾਂ ਸੈੱਟ ਕਰਾਂਗੇ ਇੱਥੇ, ਠੀਕ ਹੈ। ਜਿਵੇਂ ਆਪਾਂ ਇੱਦਾਂ ਸੈੱਟ ਕਰਤਾ, ਉਸ ਤੋਂ ਬਾਅਦ ਜਿਹੜਾ ਮੋਹਾਲੀ ਵਾਲੇ ਟੈਕਸਟ ਹੈ, ਇਸ ਨੂੰ ਆਪਾਂ ਚੁੱਕ ਕੇ ਇਸ ਦੇ ਉੱਪਰ ਲਗਾਵਾਂਗੇ, ਠੀਕ ਹੈ। ਜਿਉਂ ਤੁਹਾਡੇ ਆ ਲਾਈਨਾਂ ਸਾਰੀਆਂ ਆਉਣੀਆਂ ਸਟਾਰਟ ਹੋਣਗੀਆਂ, ਉਦੋਂ ਸਮਝ ਲਓ ਕਿ ਉੱਪਰ ਤੁਹਾਡੇ ਬਰਾਬਰ ਪੈ ਗਿਆ। ਉਸ ਤੋਂ ਬਾਅਦ ਇੱਧਰ ਮੂਵ ਅਪ ਆ ਰਿਹਾ, ਇਸ ਨੂੰ ਆਪਾਂ ਕਰੀ ਜਾਵਾਂਗੇ ਜਿਹਨਾਂ ਤੁਹਾਡਾ ਉੱਪਰ ਨਹੀਂ ਆਉਂਦੇ ਟੈਕਸਟ, ਠੀਕ ਹੈ। ਉੱਪਰ ਆ ਗਏ, ਉਸ ਤੋਂ ਬਾਅਦ ਇੱਧਰ ਬਲੈਂਡ ਦੀ ਆਪਸ਼ਨ ਆ ਰਹੀ, ਇਸ 'ਤੇ ਆਪਾਂ ਕਰਾਂਗੇ। ਕਰਨ ਤੋਂ ਬਾਅਦ ਸਕਰੀਨ 'ਤੇ ਕਰ ਦਾਂਗੇ, ਠੀਕ ਹੈ। ਇਸੇ ਤਰ੍ਹਾਂ ਫਿਰ ਆਪਾਂ ਜਿਹੜੇ 71 ਵਾਲੇ ਟੈਕਸਟ ਹੈ, ਇਸ ਨੂੰ ਆਪਾਂ ਚੁੱਕਾਂਗੇ ਅਤੇ ਇੱਦਾਂ ਇਸ ਦੇ ਉੱਪਰ ਰੱਖਾਂਗੇ, ਠੀਕ ਹੈ। ਜਿਵੇਂ ਤੁਹਾਡੀਆਂ ਬਲੂ ਲਾਈਨਾਂ ਆ ਗਈਆਂ, ਸਮਝ ਲਓ ਉੱਪਰ ਆ ਗਿਆ। ਉਸ ਤੋਂ ਬਾਅਦ ਮੂਵ ਅਪ ਕਰ ਦਾਂਗੇ, ਕਰਨ ਤੋਂ ਬਾਅਦ ਬਲੈਂਡ 'ਤੇ ਕਰਕੇ ਸਕਰੀਨ ਕਰ ਦਾਂਗੇ, ਠੀਕ ਹੈ ਜੀ। ਇੱਦਾਂ ਕਰਕੇ ਤੁਹਾਡੇ ਜਿਹੜੇ ਉੱਤੇ ਆਊਟਲਾਈਨ ਵੀ ਪੈ ਗਈ ਹੈ ਅਤੇ ਜਿਹੜੀ ਫੋਟੋ ਤੁਹਾਡੀ ਉਹ ਵੀ ਬੈਕਗਰਾਉਂਡ ਦੇ ਵਿੱਚ ਦਿਖਣੀ ਸਟਾਰਟ ਹੋ ਗਈ ਹੈ। ਉਸ ਤੋਂ ਬਾਅਦ ਤੁਸੀਂ ਟਿੱਕ 'ਤੇ ਕਰ ਦੇਣਾ ਹੁਣ, ਟਿੱਕ 'ਤੇ ਕਰਨ ਤੋਂ ਬਾਅਦ ਉੱਪਰ ਆਪਣਾ ਲੋਗੋ ਵਗੈਰਾ ਲਗਾ ਕੇ ਨਾਂ ਟੈਕਸਟ ਵਗੈਰਾ ਲਿਖ ਕੇ ਅਤੇ ਆਪਣੀ ਫੋਟੋ ਨੂੰ ਸੇਵ ਕਰ ਲੈਣਾ। ਇੱਦਾਂ ਕਰਕੇ ਤੁਸੀਂ ਆਪਣਾ ਪੋਸਟਰ ਤਿਆਰ ਕਰ ਸਕਦੇ ਜੀ। ਉਮੀਦ ਹੈ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇਗੀ, ਚੰਗੀ ਲੱਗੀ ਲਾਈਕ ਸ਼ੇਅਰ ਕਰਿਓ। ਵੀਡੀਓ ਵੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ।